ਤੂੰ ਕੱਟ ਦਿੱਤਾ ਜੀ? ਨਹੀਂ ਕੱਟਿਆ, ਨਹੀਂ ਤੂੰ ਪੌਜ਼ ਕਰਨਾ ਸੀ। ਚੱਲ ਠੀਕ ਹੈ, ਲਓ ਜੀ ਜਨਾਬ, ਇਹ ਘੋੜਾ ਇੱਕ ਲੱਦਿਆ ਹੋਇਆ ਇਹਨਾਂ ਨੇ ਇਹ ਕੱਟੇ ਦੇ ਨਾਲ, ਅਤੇ ਇਹ ਤਰ੍ਹਾਂ ਹੋਰ ਤੁਹਾਨੂੰ ਅਸੀਂ ਘੋੜੇ ਵਿਖਾਉਣੇ ਆ। ਇਹ ਵੇਖੋ, ਇਹ ਮੰਡੀ ਦੇ ਵਿੱਚ ਅੱਗੇ ਅੱਗੇ ਜਾ ਰਹੇ ਹਾਂ। ਅੱਜ ਤਾਂ ਅੱਲਾ ਦੀਆਂ ਰਹਿਮਤਾਂ ਹੋਈਆਂ ਪਈਆਂ ਨੇ, ਵੇਖੋ ਨਾ ਬੱਦਲ ਵੀ ਮਾਸ਼ਾਅੱਲਾ। ਅਤੇ ਇੱਥੇ ਘੋੜੇ ਇਹ ਜੁੜੇ ਹੋਏ ਵੀ ਹੈਗੇ ਨੇ, ਇਹ ਵੇਖੋ ਇਹ ਜੁੜਿਆ ਹੋਇਆ ਵੀ ਹੈ। ਅਤੇ ਇੱਕ ਇਹ ਘੋੜੀ ਹੈ ਇੱਧਰ, ਆਹ ਯਾਰ ਕਿਹੜਾ ਬੋਲਿਆ ਸੀ, ਲਓ ਜੀ ਇੱਕ ਇਹ ਘੋੜੀ ਹੈ। ਇਹ ਵੀਰ ਕਹਿੰਦੀ ਹੈ ਕਿੰਨੇ ਦੀ ਵੀਰ? ਇਹ ਜਨਾਬ ਇਹ ਚੈਨਲ ਹੈਗਾ, ਇਹ ਨੈੱਟ ਦੇ ਉੱਤੇ ਜਾਏਗੀ। ਤੁਸੀਂ ਦੱਸੋ ਇਹਦੇ ਕਿੰਨੇ ਪੈਸੇ, ਕਿੰਨੇ ਘੋੜੀ ਦੇ? ਲੱਖ ਰੁਪਈਆ। ਅਤੇ ਫੇਰੀ ਹੋਈ ਆ ਟਾਂਗੇ ਟੂੰਗੇ 'ਚ? ਜੁੱਪ ਹੈਗੀ ਹੈ। ਅਤੇ ਕਟੋਰਾ ਸ਼ੋਰਾ ਕਰਦੀ ਬਾਬਾ? ਅੱਛਾ, ਇਹ ਲੱਖ ਰੁਪਏ ਦਾ ਕੁਝ ਆ ਜਾ ਤੂੰ ਮੰਗ, ਲੱਖ ਰੁਪਈਆ ਤਾਂ ਜ਼ਿਆਦਾ ਹੈ ਯਾਰ। ਆਹ ਇਹ ਤਾਂ ਨਹੀਂ ਕੋਈ ਲੱਖ ਰੁਪਈਆ ਕਿਸੇ ਨੂੰ ਮੰਗ ਲੈਣਾ ਥੋੜ੍ਹੀ ਦੇ ਦੇਣਾ। ਅਤੇ ਜਾਇਜ਼ ਮੰਗ ਪੈਸੇ ਤਾਂ ਕਿ ਅਸੀਂ ਕਿਸੇ ਨੂੰ ਦੱਸਾਂਗੇ ਤਾਂ ਕੋਈ ਮੰਡੀ 'ਚ ਆਵੇਗਾ, ਅਤੇ ਜਿੰਨੇ ਬੰਦੇ ਮੰਡੀ 'ਚ ਵੇਖਣਗੇ ਤਾਂ ਮੰਡੀ 'ਚੋਂ ਬਾਹਰੋਂ ਆਵਣਗੇ। ਮੈਂ ਉਹਨੂੰ ਲਾਰੋਂ ਇੱਥੇ ਆ ਗਿਆ ਵੇਖ ਕੇ, ਅਤੇ ਤੁਸੀਂ ਦੱਸੋ ਵੀ ਜਿਹੜਾ ਲੈਣ ਵਾਲਾ ਉਹ ਨਾ ਆਵੇਗਾ, ਜਦੋਂ ਆਵੇਗਾ ਤਾਂ ਮਾਲ ਤੁਹਾਡਾ ਵੀ ਵਿਕੇਗਾ। ਸਹੀ ਸੇ ਦੱਸ ਦਿੰਦੇ ਕਿੰਨੇ ਪੈਸੇ? 65,000 ਰੁਪਈਆ। ਲਓ ਜੀ ਇਹਦਾ, ਅਤੇ ਉਮਰ ਕਿੰਨੀ ਹੈਗੀ ਇਹਦੀ? ਲਓ ਜੀ ਇਹ 5 ਸਾਲ ਦੀ ਕਹਿੰਦੇ ਪਏ ਨੇ, ਅਤੇ 65,000 ਰੁਪਈਆ ਟਾਂਗੇ 'ਚ ਲੱਗੀ ਹੋਈ ਹੈ, ਰੇੜੇ 'ਚ ਲੱਗੀ ਹੋਈ ਹੈ, ਅਤੇ ਜੁੱਪ ਹੈਗੀ ਪੂਰੀ, ਯਾਨੀ ਕਿ ਤੁਸੀਂ ਰੋਜ਼ੀ ਰੋਟੀ ਵੀ ਇਹਦੇ 'ਤੇ ਕਮਾ ਸਕਦੇ ਜੇ। ਅਤੇ ਓਨਰ ਜਿਹੜਾ ਹੈਗਾ ਇਹ ਭਾਈ ਓਨਰ ਹੈਗਾ, ਅਤੇ ਟੈਲੀਫੋਨ ਨੰਬਰ ਤੁਹਾਨੂੰ ਜ਼ਰਾ ਦੱਸਣਾ ਇਹਨਾਂ ਦਾ, ਅਗਰ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਜੇ ਜਾਂ ਲੈਣਾ ਚਾਹੁੰਦੇ ਜੇ, ਜੇ ਵਿਕ ਗਈ ਹੁੰਦੀ ਤਾਂ ਠੀਕ ਹੈ, ਅਤੇ ਜੇ ਨਾ ਵਿਕੇ ਤਾਂ ਫੋਨ ਕਰਕੇ ਪੁੱਛ ਲਿਆ ਜੇ ਵੀ ਭਾਈ ਤੁਸੀਂ ਘੋੜੀ ਮੰਡੀ ਦੇ ਵਿੱਚ ਲਿਆਂਦੀ ਸੀ, ਫਿਰ ਤੁਸੀਂ ਮੰਡੀ 'ਚ ਨਾ ਵੀ ਭਾਵੇਂ ਬਾਅਦ 'ਚ ਵੀ ਅੱਪੜ ਸਕਦੇ ਜੇ। ਨੰਬਰ ਜ਼ਰਾ ਦੱਸ ਮੇਰਾ ਵੀਰ, ਕੀ ਹੈ ਮੋਬਾਇਲ ਨੰਬਰ? ਨਹੀਂ ਹੈਗਾ 0331-63-46-843-863। ਨਾਂ ਕੀ ਤੁਹਾਡਾ? ਜ਼ੁਬੈਰ ਖਾਨ। ਜ਼ੁਬੈਰ ਖਾਨ, ਲਓ ਜੀ ਜ਼ੁਬੈਰ ਖਾਨ। ਔਰ ਉਸ ਤੋਂ ਬਾਅਦ ਜੀ ਇਹ ਘੋੜੀ ਹੈਗੀ ਜੇ ਭਾਈ ਲੈ ਵੇਚਣ ਵਾਸਤੇ ਆਇਆ ਇੱਥੇ, ਅਤੇ ਇਹ ਮੇਰਾ ਭਾਈ ਓਨਰ ਹੈਗਾ, ਮਾਲਕ ਤਾਂ ਅੱਲਾ ਦੀ ਜ਼ਾਤ ਹੈ। ਅਤੇ ਇਹ ਵੇਖੋ ਘਾਹ ਘੂ ਵੀ ਖਾਂਦੀ, ਵੀ ਬਿਮਾਰ ਬਮੂਰ ਨਹੀਂ, ਇੱਥੇ ਘੋੜੀਆਂ ਬਿਮਾਰ ਨਹੀਂ ਆਉਂਦੀਆਂ ਮੰਡੀ ਦੇ ਵਿੱਚ। ਇਹ ਵੀ ਜੁੱਪੀ ਹੋਈ ਹੈ ਅਤੇ ਫੇਰੇ ਟਾਂਗੇ ਟੂੰਗੇ ਦੇ ਵਿੱਚ ਲੱਗੀ ਹੈ। ਵੀਰ ਇਹਦੇ ਕਿੰਨੇ ਪੈਸੇ ਮੰਗਦਾ ਚੰਨ? ਵੇਚਣੀ ਨਹੀਂ ਹੈ ਕਿ ਲਈ ਜੇ? ਕਿੰਨੇ ਦੀ ਲਈ? 40,000 ਦੀ। ਲਓ ਜੀ ਆ ਵੇਖੋ ਘੋੜੀ 40,000 ਰੁਪਏ ਦੀ ਲਈ ਹੈ ਭਾਈ ਹੋਰਾਂ ਨੇ, ਅਤੇ ਟਾਂਗੇ ਟੂੰਗੇ ਦੇ ਵਿੱਚ ਫਿਰਨ ਵਾਸਤੇ ਲਈ ਹੈ। ਲਓ ਜੀ ਇਹ 40,000 ਰੁਪਏ ਦੀ ਘੋੜੀ ਲਈ ਹੈ, ਇਹ ਘੋੜੀ 40,000 ਰੁਪਏ ਦੀ ਲਈ ਹੈ। ਅਗਰ ਤੁਸੀਂ ਵੀ ਲੈਣੀ ਹੈ ਜਾਂ ਮੰਡੀ ਦਾ ਵਿਜ਼ਿਟ ਕਰਨਾ, ਤਾਂ ਕਮ ਸੇ ਕਮ ਤੁਹਾਨੂੰ ਪਤਾ ਲੱਗ ਜਾਏਗਾ ਵੀ 40,000 ਦੀ ਘੋੜੀ ਇਹ ਜੀ ਲੈਣੀ ਹੈ। ਹੁਣ ਇਹ ਤਾਂ ਨਹੀਂ ਨਾ ਵੀ ਤੁਸੀਂ ਹੁਣ ਘੋੜੀ ਲੈਣ ਵਾਸਤੇ ਆਓ ਅਤੇ ਇਹ ਜੀ ਘੋੜੀ ਦਾ ਤੂੰ ਉਹਨੂੰ ਲੱਖ ਤਾਂ ਤੁਸੀਂ ਆਖੋ ਵਾਲਾ 80 ਫੜ ਲੈ, ਅਤੇ ਲਿਆਦਾ ਜਿਹੜਾ ਨਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਹ ਜੀ ਘੋੜੀ ਜਿਹੜੀ ਅਗਰ ਤੁਸੀਂ ਲਵੋ ਤਾਂ 40,000 ਰੁਪਏ ਦੀ ਤੁਹਾਨੂੰ ਮਿਲ ਜਾਏਗੀ। ਉਸ ਤੋਂ ਅੱਗੇ ਆਉਣੇ ਜੀ ਇਹ ਵਛੇਰਾ ਇੱਕ ਖਲੋਤਾ ਹੋਇਆ, ਇਸ ਵਛੇਰੇ ਦਾ ਤੁਹਾਨੂੰ ਦੱਸਣੇ ਆ ਕਿ ਇਹ ਕਿੰਨੇ ਪੈਸੇ ਭਾਅ ਜੀ ਇਹਦੇ? 2500 ਰੁਪਏ। 60,000 ਰੁਪਈਆ ਯਾਰ, ਸਹੀ ਸੀ ਦੱਸੋ ਯਾਰ। 60,000 ਤੁਹਾਡਾ ਹੀ ਹੈ? ਠੀਕ, ਲਓ ਜੀ ਇਹਦਾ 60,000 ਰੁਪਈਆ ਜਿਹੜਾ ਮੇਰਾ ਵੀਰ, ਅਤੇ ਲਓ ਜੀ ਇਹ 60,000 ਰੁਪਏ ਦਾ ਕਹਿੰਦੇ ਭਾਅ ਨੇ ਕਿੰਨੇ ਪੈਸੇ ਹੈਗੇ ਨੇ? 60,000 ਰੁਪਈਆ। ਲਓ ਜੀ ਮੇਰਾ ਵੀਰ ਪਹਿਲੇ ਤੁਹਾਨੂੰ ਘੋੜੀ ਮੈਂ ਦਿਖਾਈ ਹੈ, ਅਤੇ ਉਹਦਾ ਵੀ ਰੇਟ ਦੱਸਿਆ ਜਿਹੜੇ ਤਾਂਗੇ 'ਚ ਜੁੱਪੀ ਹੋਈ ਸੀ। ਅਤੇ ਕੋਈ ਨਹੀਂ ਲਿਟਨ ਦੇ, ਆਹ ਲਿਟਨ ਦੇ ਕੀ ਹੋ ਗਿਆ ਜੀ? ਲਓ ਜੀ ਲਓ ਜੀ ਲੇਟੇ ਵੀ ਮਾਰਦੀ ਹੈ ਇਹਦਾ 60,000 ਰੁਪਈਆ ਜੇ। ਅਤੇ ਵੀਰ ਤੁਹਾਡੇ ਕੋਲ ਕਿੰਨੇ ਘੋੜੇ ਹੈਗੇ ਨੇ? ਉਹ ਘੋੜੀ ਜ਼ਿਕਰ ਅਤੇ ਜ਼ਰਾ ਆ ਜਾ, ਤੇਰੀ ਮਿਹਰਬਾਨੀ ਹੈ, ਤੂੰ ਤਾਂ ਫਿਰ ਚੰਗਾ ਵਪਾਰੀ ਹੈਗਾ ਕਿ ਮੈਂ ਤਾਂ ਕਿਹਾ ਸ਼ਾਇਦ ਇੱਕ ਘੋੜੀ ਹੈਗੀ ਤੇਰੇ ਕੋਲ। ਲਓ ਜੀ ਇਹਦਾ 60,000 ਰੁਪਈਆ ਜੇ ਇਸ ਘੋੜੇ ਦਾ, ਔਰ ਇਸ ਘੋੜੇ ਦੇ ਜਿਹੜਾ ਹੈਗਾ ਉਹ ਨਾਲ ਇਹ ਘੋੜਾ ਖਲੋਤਾ ਹੋਇਆ, ਸਰਦੀ ਦੀ ਵਜ੍ਹਾ ਨਾਲ ਇਹਨੇ ਉੱਤੇ ਉਹ ਦਿੱਤੇ ਹੋਏ ਨੇ ਕੰਬਲ ਸ਼ਬਲ, ਬਾਰਿਸ਼ ਬੁਰਸ਼ ਹੈਗੀ ਨਾ, ਅਤੇ ਤਾਂ ਪਾਰੋ ਇਹਦੇ ਕਿੰਨੇ ਪੈਸੇ ਨੇ ਪਾਣੀ? ਹੈਂ, ਇਹਦਾ 65,000। ਲਓ ਜੀ ਉਹਦਾ 60,000 ਰੁਪਈਆ ਜੇ ਉਹ ਜਿਹੜਾ ਪਰਾਂ ਖੜਾ ਹੋਇਆ, ਉਹ ਪਰਲੇ ਪਾਸੇ ਜਿਹੜਾ ਖਲੋਤਾ ਹੋਇਆ ਇਹ 60,000 ਰੁਪਈਆ ਜੇ, ਇਹਦਾ 65,000 ਰੁਪਈਆ ਜੇ ਇਸ ਘੋੜੀ ਦਾ, ਅਤੇ ਇਹ ਗੱਭਣੀ ਘੋੜੀ
लो जी ए जी घोड़ी है वह कहता पाया कि एक गब्बन है तो अगर तुसी इंटरस्टड जे गब्बन घोड़ी लैन दे तो वह भी तुहानू इत्थों मंडी गुजरात मंडी तो मिल सकती है। तो तुसी गुजरात मंडी जे अगर विजिट करना चाहते जे तो गुजरात मंडी का विजिट का तुहानू एड्रैस दस देना कि गुजरात मंडी का विजिट की है। तो गुजरात आओ शहीन चौक तो तुहानू वैगन मिल जाएगी, वैगन के उत्ते बैठो, उन्होंने कहो जी तुहानू मंडी ला दो, मंडी तुहानू ला देगा तो अगे तुसी आ जाओगे। लो जी ए ऑनर है भाई, तो ये जानवर इन्हें जोड़े है इतों तक ख़त्म हो गया। तो अगर तुसी वीडियो अच्छी लगी हो तो लाइक और शेयर जरूर कीजिएगा और बेल आइकन को आपने ज़रूर प्रेस करना ताकि हमारी वीडियो की नोटिफिकेशन आप तक पहुँच सके। चले और आगे चलते हैं, ये वीडियो पसंद आने की सूरत में ज़्यादा से ज़्यादा दोस्तों के साथ लाइक कीजिए, शेयर कीजिए। तो इजाज़त चाहता हूँ जी, नई वीडियो में इंशाल्लाह फिर मुलाकात होगी। अल्लाह हाफिज़।